ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ। ਅੱਜ ਅਸੀਂ ਪੰਜਾਬੀ ਮੂਵੀ ਟੈਲੀਵਿਜ਼ਨ ਮੂਵੀ ਦੀ OTT ਰੀਡੇਟ ਲੈ ਕੇ ਹਾਜ਼ਰ ਹੋਏ ਹਾਂ। ਵੀਡੀਓ ਨੂੰ ਪੂਰਾ ਵੇਖਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। 24 ਜੂਨ 2022 ਦੇ ਵਿੱਚ ਸਿਨੇਮਾਘਰਾਂ 'ਚ ਰਿਲੀਜ਼ ਹੋਈ ਟੈਲੀਵਿਜ਼ਨ। ਇਸ ਮੂਵੀ ਦੇ ਵਿੱਚ ਕੁਲਵਿੰਦਰ ਬਿੱਲਾ, ਮੈਂਡੀ ਟੱਕਰ, ਗੁਰਪ੍ਰੀਤ ਘੁੱਗੀ, ਮਨਿੰਦਰ ਬੰਨੀ, ਪ੍ਰਕਾਸ਼ ਗੱਤੂ, ਸੀਮਾ ਕੌਸ਼ਲ, ਪ੍ਰਿੰਸ ਕਮਲਜੀਤ ਸਿੰਘ ਅਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਸੀ। ਇਸ ਮੂਵੀ ਨੂੰ ਤਾਜ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਮੂਵੀ ਨੂੰ ਮਨੀ ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਸੀ। ਜੇ ਗੱਲ ਕਰੀਏ ਇਸ ਮੂਵੀ ਦੇ ਬਾਰੇ, ਇਸ ਮੂਵੀ ਦੀ ਕਹਾਣੀ 1980 'ਤੇ ਸੈੱਟ ਕੀਤੀ ਗਈ ਸੀ, ਜਦੋਂ ਟੈਲੀਵਿਜ਼ਨ ਦਾ ਬੜਾ ਦੌਰ ਸੀ। ਲੋਕ ਟੈਲੀਵਿਜ਼ਨ ਜਾਂ ਕਿੱਦਾਂ ਮੰਗ ਕੇ ਜਾਂ ਕਿਰਾਏ 'ਤੇ ਲਿਆ ਕੇ ਫਿਲਮਾਂ ਵੇਖਦੇ ਹੁੰਦੇ ਸੀ। ਜੇ ਗੱਲ ਕੀਤੀ ਜਾਵੇ ਇਸ ਮੂਵੀ ਦੀ ਸਿਨੇਮਾਘਰਾਂ ਬਾਰੇ, ਇਸ ਮੂਵੀ ਨੇ ਸਿਨੇਮਾਘਰਾਂ 'ਚ ਬਹੁਤ ਵਧੀਆ ਕਾਰੋਬਾਰ ਕੀਤਾ ਸੀ, ਪਰ ਇਹ ਮੂਵੀ ਸਾਨੂੰ ਅਜੇ ਤੱਕ OTT 'ਤੇ ਨਹੀਂ ਦੇਖਣ ਮਿਲੀ, ਕਿਉਂਕਿ ਇਸ ਮੂਵੀ ਨੂੰ ਸਾਗਾ ਸਟੂਡੀਓ ਵਾਲਿਆਂ ਬਣਾਇਆ ਸੀ। ਸਾਗਾ ਸਟੂਡੀਓ ਵਾਲਿਆਂ ਦੀਆਂ ਜਿੰਨੀਆਂ ਵੀ ਫਿਲਮਾਂ ਨੇ ਉਹ ਸਾਨੂੰ ਸਿਨੇਮਾਘਰਾਂ ਤੋਂ ਬਾਅਦ OTT 'ਤੇ ਨਹੀਂ ਦੇਖਣ ਮਿਲੀਆਂ ਨੇ, ਅਤੇ ਜੋ ਲੀਕ ਹੋਈਆਂ ਨੇ ਜਿੱਦਾਂ ਸਾਦੇ ਪ੍ਰਿੰਟ 'ਤੇ ਆਈਆਂ ਨੇ। ਪਰ ਹੁਣ ਬਹੁਤ ਵੱਡੀ ਖੁਸ਼ਖਬਰੀ ਆ, ਉਹਨਾਂ ਨੇ ਆਪਣਾ ਇੱਕ ਨਵਾਂ OTT ਪਲੇਟਫਾਰਮ ਲਾਂਚ ਕਰਤਾ ਹੈ, Cable 1, ਅਤੇ ਇਹ ਮੂਵੀ ਹੁਣ ਛੇਤੀ ਸਾਨੂੰ ਦੇਖਣ ਮਿਲੇਗੀ। Cable 1 15 ਅਗਸਤ ਤੋਂ ਸ਼ੁਰੂ ਹੋਣ ਵਾਲਾ ਹੈ, ਲਾਂਚ ਹੋਣ ਵਾਲਾ ਹੈ। ਸ਼ੁਰੂਆਤ ਹੋਏਗੀ ਕੋਂਸਟੇਬਲ ਹਰਜੀਤ ਕੌਰ ਜੋ ਉਹਨਾਂ ਦੀ ਵੈਬ ਸੀਰੀਜ਼ ਹੈ। ਉਸ ਤੋਂ ਬਾਅਦ ਸਾਨੂੰ ਸਹੀਏ ਸਾਰੀਆਂ ਫਿਲਮਾਂ ਦੇਖਣ ਮਿਲਣਗੀਆਂ। ਜੇ ਗੱਲ ਕੀਤੀ ਜਾਵੇ ਫਿਲਮਾਂ ਬਾਰੇ, ਇਸ ਤੋਂ ਪਹਿਲਾਂ ਸਾਨੂੰ ਸੂਬੇਦਾਰ ਜੋਗਿੰਦਰ ਸਿੰਘ, ਲਾਟੂ, ਅਰਦਾਸ ਕਰਾਂ, ਇਹ ਫਿਲਮਾਂ ਸਾਨੂੰ ਦੇਖਣ ਮਿਲਣਗੀਆਂ। ਜੇ ਗੱਲ ਕਰੀਏ ਟੈਲੀਵਿਜ਼ਨ ਫਿਲਮ ਦੀ, ਇਹ ਫਿਲਮ ਸਾਨੂੰ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ Cable 1 ਐਪ 'ਤੇ ਦੇਖਣ ਮਿਲ ਜੂਗੀ। ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਧੰਨਵਾਦ।